ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਨਵੇਂ ਦਿਨ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ। ਅਤੇ ਅੱਜ ਦਿਨ ਸ਼ਨੀਵਾਰ ਹੈ, ਤਰੀਕ 27 ਅਪ੍ਰੈਲ 2024 ਹੈ। ਦੁਪਹਿਰ ਦੇ ਵਜੇ ਹੋਏ ਹਾਂ 3, ਅਤੇ ਆਪਾਂ ਇਸ ਟਾਈਮ ਤਾਂ ਆਪਣੇ ਘਰ ਖੜ੍ਹੇ ਹਾਂ। ਅਤੇ ਆਪਾਂ ਨੇ ਚੰਡੀਗੜ੍ਹ ਜਾਣਾ 40 ਸੈਕਟਰ ਦੇ ਵਿੱਚ। ਉੱਥੇ ਆਪਣਾ ਯਾਰ ਦੋਸਤ ਹੈ, ਉਹ ਪ੍ਰਿੰਟਰ ਲੈਪਟੋਪ ਵਗੈਰਾ ਰਿਪੇਅਰ ਦਾ ਕੰਮ ਕਰਦਾ ਹੈ। ਅਤੇ ਆਪਣੇ ਜਿਹੜੇ ਪ੍ਰਿੰਟਰ ਹੈ ਨਾ, 2 ਪ੍ਰਿੰਟਰ ਉਹਨਾਂ 'ਚ ਥੋੜ੍ਹੀ ਖਰਾਬੀ ਆ ਗਈ ਹੈ, ਪ੍ਰਿੰਟਿੰਗ ਪ੍ਰੋਬਲਮ ਹੈ। ਅਤੇ ਆਪਾਂ ਉੱਥੇ ਚੱਲੇ ਹਾਂ, ਉਹਨਾਂ ਦੀ ਰਿਪੇਅਰ ਵਗੈਰਾ ਕਰਾਉਣੀ ਹੈ, ਅਤੇ 1-2 ਹੋਰ ਕੰਮ ਹੈਗਾ ਆਪਾਂ ਨੂੰ। ਅਤੇ ਤੁਸੀਂ ਜੇ ਵੀਡੀਓ 'ਚ ਅੱਜ ਪਹਿਲੀ ਵਾਰ ਆਏ ਤਾਂ ਵੀਡੀਓ ਨੂੰ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਵੀਡੀਓ ਦੇ ਐਂਡ ਤੱਕ ਬਣੇ ਰਹੇ। ਹੁਣ ਆਪਾਂ ਚੱਲਦੇ ਹਾਂ, ਰਸਤੇ ਦਾ ਮਾਹੌਲ ਦਿਖਾਉਂਦੇ ਹਾਂ, ਅਤੇ ਜਿਹੜੇ ਆਪਣੇ ਕੰਮ ਕਰ ਰਹੇ 1-2 ਘੁੰਮਣ ਵਾਲੀ ਜਗ੍ਹਾ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਲਓ ਜੀ, ਆਪਾਂ ਆਪਣੇ ਘਰ ਤੋਂ ਨਿਕਲ ਗਏ ਹਾਂ, ਅਤੇ ਜਿਹੜੀ ਆਪਣੇ ਦੋਸਤ ਨੇ ਲੋਕੇਸ਼ਨ ਭੇਜੀ ਹੈ, 40 ਸੈਕਟਰ ਦੇ ਵਿੱਚ ਹੈ, ਤਕਰੀਬਨ 24-25 ਕਿਲੋਮੀਟਰ ਹੈ ਆਪਣੇ ਘਰ ਤੋਂ, ਅਤੇ 1.5-2 ਘੰਟਾ ਆਪਾਂ ਨੂੰ ਲੱਗ ਸਕਦਾ ਉੱਥੇ ਤੱਕ ਜਾਣ ਨੂੰ। ਅਤੇ 2 ਪ੍ਰਿੰਟਰ ਆਪਣੇ ਆ ਜਿਹੜੇ, ਉਹ ਆਪਾਂ ਨੇ ਪਿੱਛੇ ਸੀਟ 'ਤੇ ਰੱਖ ਲਏ, ਕਵਰ ਵਗੈਰਾ ਦੇ ਦਿਆ। ਪਹੁੰਚ ਗਏ ਫਰਨੀਚਰ ਮਾਰਕੀਟ ਚੌਂਕ ਹੈ, ਅਤੇ ਇੱਥੇ ਬਾਰਿਸ਼ ਹੋਈ ਵੀ ਹੈ, ਸੜਕਾਂ 'ਤੇ ਵੀ ਥੋੜ੍ਹਾ ਬਹੁਤਾ ਪਾਣੀ ਖੜਿਆ ਹੈ। ਹੁਣ ਇਸ ਤੋਂ ਆਪਾਂ ਲੈਫਟ ਹੋਣਾ, ਅਤੇ ਉਸ ਤੋਂ ਬਾਅਦ ਆਪਣਾ ਜਿਹੜਾ ਹੈ ਲੋਕੇਸ਼ਨ 40 ਸੈਕਟਰ ਦੀ ਆ ਜਾਣੀ ਆਪਣੇ ਦੋਸਤ ਕੋਲ, ਉੱਥੇ ਆਪਾਂ ਪਹੁੰਚ ਕੇ ਗੱਲਬਾਤ ਕਰਦੇ ਹਾਂ। ਲੋਕ ਵੀ ਆਪਾਂ ਪਹੁੰਚ ਗਏ ਲੋਕੇਸ਼ਨ 'ਤੇ, ਅਤੇ ਆਹ ਗੱਡੀ ਆਪਾਂ ਨੇ ਖੋਲ੍ਹ ਲਈ, ਉਹ ਹੈਗਾ ਉੱਪਰ ਕੁਇਕ ਕੰਪਿਊਟਰ ਸਲਿਊਸ਼ਨ, 124 ਨੰਬਰ ਬੂਥ ਆ ਸੈਕਟਰ 40 'ਚ। ਅਤੇ ਆਹ 1 ਪ੍ਰਿੰਟਰ ਹੈ ਆਪਣਾ, ਉਹ ਦੂਸਰਾ 2 ਪ੍ਰਿੰਟਰ ਹੈ, ਦੋਨਾਂ 'ਚ ਪ੍ਰੋਬਲਮ ਹੈ, ਉਹ ਹੁਣ ਆਪਾਂ ਉੱਪਰ ਲੈ ਕੇ ਚੱਲਦੇ ਹਾਂ, ਅਤੇ ਇਹਨਾਂ ਦੀ ਪ੍ਰੋਬਲਮ ਹੈ ਜਿਹੜੀ ਆਪਾਂ ਦੇਖਦੇ ਹਾਂ। ਲਓ ਜੀ, ਆਪਾਂ ਆ ਕੇ ਫਸਟ ਫਲੋਰ 'ਤੇ, ਆਪਣੇ ਕਾਰ ਹੈ ਜਿਹੜੀ ਨੀਚੇ ਪਾਰਕ ਕਰਦੀ ਰਸਤੇ 'ਚ, ਅਤੇ ਫਸਟ ਫਲੋਰ 'ਤੇ ਆ ਕੇ ਬਾਈ ਦਾ ਇੱਥੇ ਬਣਿਆ ਹੋਇਆ ਹੈ, ਕੁਇਕ ਕੰਪਿਊਟਰ ਸਲਿਊਸ਼ਨ, ਇਹ ਬਾਈ ਨਾਲ ਨੰਬਰ ਲਿਖਿਆ ਹੋਇਆ, ਬੂਥ ਨੰਬਰ 124 ਸ਼ਿਵਾ ਮਾਰਕੀਟ ਸੈਕਟਰ 40D ਚੰਡੀਗੜ੍ਹ। ਅਤੇ ਬਾਈ ਉਹਨਾਂ ਨੂੰ ਮਿਲੇ ਆਪਾਂ, 1 ਪ੍ਰਿੰਟਰ ਆਪਾਂ ਨੇ ਫਿਲਹਾਲ ਇੱਥੇ ਰੱਖ ਤਿਆ, ਅਤੇ ਦੂਸਰਾ ਪ੍ਰਿੰਟਰ ਬਾਈ ਉਹਨੇ ਲੱਗੇ ਹੋਏ ਹੈ। ਹੋਰ ਯਸ਼ ਬਾਈ, ਕੀ ਹਾਲ ਚਾਲ ਹੈ ਜੀ? ਵਧੀਆ ਜੀ। ਅਤੇ ਇਹ ਬਾਈ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦੇਵਾਂ। ਬਾਈ ਦਾ ਨਾਮ ਹੈਗਾ ਜੀ ਯਸ਼ ਮਹਿਤਾ। ਯਸ਼ ਮਹਿਰਾ, ਯਸ਼ ਮਹਿਰਾ ਨਾਮ ਹੈ। ਅਤੇ ਬਾਈ ਨੂੰ ਮੈਂ ਤਕਰੀਬਨ 5-6 ਸਾਲ ਪਹਿਲਾਂ ਮਿਲਿਆ ਹੈ, ਕੈਨਨ ਦੇ ਵਿੱਚ ਜੋਬ ਕਰਦੇ ਸੀਗੇ, ਆਪਣੇ ਕੋਲ ਪ੍ਰਿੰਟਰ ਹੁੰਦਾ ਸੀ ਕੈਨਨ ਦਾ, ਉਹ ਆਪਾਂ ਉੱਥੋਂ ਨਵਾਂ ਲਿਆ, 1-2 ਵਾਰ ਸਰਵਿਸ ਵਗੈਰਾ ਕਰਾਈ ਹੈ, ਤਾਂ ਕਰਕੇ ਉਸ ਟਾਈਮ ਤੋਂ ਨੰਬਰ ਸੇਵ ਹੈ, ਅਤੇ ਬਾਈ ਨਾਲ ਦੋਸਤੀ ਵੀ ਹੈ। 1-2 ਵਾਰ ਮੈਂ ਬਾਈ ਦੇ ਘਰ ਵੀ ਰਿਪੇਅਰ ਕਰਾ ਕੇ ਗਿਆ ਪ੍ਰਿੰਟਰ, ਅਤੇ ਹੁਣ ਬਾਈ ਉਹਨਾਂ ਨੇ ਇੱਥੇ 40 ਸੈਕਟਰ 'ਚ ਆਪਣਾ ਕੰਮ ਸ਼ੁਰੂ ਕਰਿਆ, ਹਲੇ 20-25 ਦਿਨ ਹੋਏ ਹੈ, ਅਤੇ ਬਾਈ ਨੂੰ ਤਾਂ ਨਵੇਂ ਕੰਮ ਦੀ ਮੁਬਾਰਕਾਂ। ਅਤੇ ਆਪਣੇ ਠੀਕ ਹੈ ਜੀ, ਅਤੇ ਆਪਣੇ ਕੰਮ ਬਾਰੇ ਦੱਸੋ ਬਾਈ, ਕਿਆ ਕਿਆ ਕਰਦੇ ਤੁਸੀਂ? ਕੋਈ ਲੈਪਟਾਪ ਫਿਰ ਦੁਪਹਿਰ ਦਾ ਕੰਮ ਆਪਣਾ। ਠੀਕ ਹੈ ਜੀ, ਅਤੇ ਪ੍ਰਿੰਟਰ ਰਿਪੇਅਰਿੰਗ, ਕੰਪਿਊਟਰ ਰਿਪੇਅਰਿੰਗ। ਠੀਕ ਹੈ, ਲੈਪਟਾਪ ਸੇਲ ਪਰਚੇਸ, ਪ੍ਰਿੰਟਰ ਕੰਪਿਊਟਰ ਰਿਪੇਅਰ ਦਾ ਹੈ। ਕੁਛ ਅਵੇਲੇਬਲ ਹੈ ਬਾਈ ਆਪਣੇ? ਅਸੈਸਰੀ, ਲੈਪਟਾਪ ਕੰਪਿਊਟਰ ਵਗੈਰਾ ਸਾਰੀ ਅਸੈਸਰੀ ਹੈ ਜੀ? ਹਾਂਜੀ ਹਾਂਜੀ। ਠੀਕ ਹੈ, ਅਤੇ ਬਾਈ ਦੇ ਨਾਲ ਬੈਠੇ ਬਾਈ ਦੇ ਬ੍ਰਦਰ ਹੈ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ ਜੀ? ਵਧੀਆ ਬਾਈ ਜੀ। ਅਤੇ ਬਾਈ ਨਾਲ ਕੋਲ ਵੀ ਮੈਂ ਨਾ ਲੋਕਡਾਊਨ ਤੋਂ ਪਹਿਲਾਂ ਤਕਰੀਬਨ 4 ਸਾਲ ਪਹਿਲਾਂ ਕਹਿ ਲਓ ਕਿ ਡੈਲ ਦਾ ਲੈਪਟੋਪ ਲਿਆ ਸੀਗਾ, ਉਹ ਮੈਂ ਹਲੇ ਵੀ ਯੂਜ਼ ਕਰ ਰਿਹਾ ਹਾਂ। ਉਸ ਟਾਈਮ ਬਾਈ ਉਹਨਾਂ ਦਾ ਸੈਕਟਰ 22 ਦੇ ਵਿੱਚ ਹੁੰਦਾ ਸੀਗਾ, ਅਤੇ ਬਾਈ ਉਹਨਾਂ ਨੇ ਵੀ ਯਸ਼ ਦੇ ਨਾਲ ਇੱਥੇ ਹੀ ਮਤਲਬ 20-25 ਦਿਨ ਹੋਏ ਇੱਥੇ ਨਵਾਂ ਕੰਮ ਸ਼ੁਰੂ ਕਰਿਆ। ਅਤੇ ਮੇਰੇ ਵੱਲੋਂ ਸਾਰੇ ਮੇਰੇ ਫੋਲੋਅਰਸ ਵੱਲੋਂ ਤੁਹਾਨੂੰ ਮੁਬਾਰਕਾਂ ਜੀ, ਬਹੁਤ ਬਹੁਤ ਨਵੇਂ ਕੰਮ ਦੀਆਂ ਬੈਸਟ ਵਿਸ਼ਿਜ਼। ਹਾਂਜੀ, ਧੰਨਵਾਦ ਜੀ, ਵਧੀਆ ਕੰਮ ਕਰੋ ਤੁਸੀਂ। ਅਤੇ ਦੱਸੋ ਜੀ, ਹੋਰ ਤੁਸੀਂ ਕੀ ਕੀ ਸਰਵਿਸਾਂ, ਕਿਆ ਕਿਆ ਕੰਮ ਕਰਦੇ ਹੋ?
ਠੀਕ ਹੈ ਜੀ। ਇਹ ਸਾਰੇ ਬੋਰਡ ਲੈਪਟੋਪ ਆਉਂਦੇ ਨੇ ਜੀ ਆਹ ਦੇਖੋ ਪੀਸ i7 ਹੈ ਠੀਕ ਹੈ ਜੀ। ਡੈੱਲ ਦਾ ਬਿਲਕੁਲ ਨੀਟ ਐਂਡ ਕਲੀਨ ਪੀਸ ਹੈ ਜੀ। ਹਾਂਜੀ ਇਹ ਡੈੱਲ ਦਾ ਨਵਾਂ ਪੀਸ ਹੈ ਤਕਰੀਬਨ ਨਵੇਂ ਵਰਗਾ ਪੀਸ ਹੈ। ਨਵੇਂ ਵਰਗਾ ਤੋਂ ਬਾਹਰੋਂ ਆਉਂਦੇ ਜੀ ਟੈਸਟ ਹੋ ਕੇ ਆਉਂਦੇ ਨੇ ਪਰ ਸਾਨੂੰ ਮੇਨ ਇਹ ਹੁੰਦਾ ਜੀ ਕਿ ਵੀ ਕਸਟਮਰ ਨੂੰ ਅਸੀਂ ਕੋਈ ਵੀ ਚੀਜ਼ ਦਈਏ ਤਾਂ ਵਧੀਆ ਚੀਜ਼ ਦਈਏ ਠੀਕ ਹੈ ਸਰ। ਹਾਂਜੀ ਕਿਉਂ ਵਿਲੰਬਾ ਨਾ ਹੋਵੇ। ਹਾਂਜੀ ਜਿਵੇਂ ਤੁਸੀਂ ਜੁੜੇ ਹੋਏ ਜਸ਼ ਦੇ ਨਾਲ। ਹਾਂਜੀ ਪਹਿਲੀ ਵਾਰੀ ਆਏ ਹੋ ਸਾਡੇ ਕੋਲ। ਚਲੋ ਬਿਲਕੁਲ ਜੀ ਹੈ ਨਾ ਜੀ ਅਤੇ ਮੈਂ ਵੀ ਪੁੱਛ ਰਿਹਾ ਸੀ ਕਿ ਬਾਈ ਜੀ ਕਿੱਧਰੋਂ ਵੀ ਨੇ। ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਤੁਸੀਂ ਵੀ ਆਏ ਹੋ। ਨਹੀਂ ਸਹੀ ਗੱਲ ਮੈਂ ਤਾਂ ਤੁਹਾਡੇ ਕੋਲ ਤਕਰੀਬਨ ਉਸ ਟਾਈਮ 4 ਸਾਲ ਪਹਿਲਾਂ ਵੀ ਲੈਪਟੋਪ ਲੈ ਕੇ ਆ ਅਤੇ ਯਸ਼ ਬਾਈ ਨਾਲ ਮੈਂ ਤਕਰੀਬਨ 6 ਸਾਢੇ 6 ਸਾਲ ਤੋਂ ਜੁੜਿਆ ਹੋਇਆ ਹੈ ਕਿਉਂਕਿ ਹੋ ਗਿਆ ਜੀ ਠੀਕ ਹੈ। ਅਤੇ ਬਾਈ ਕੋਲ ਆਪਾਂ ਹੁਣ ਜਿਹੜਾ ਮੈਂ ਐਪਸਨ ਦਾ ਪ੍ਰਿੰਟਰ ਹੈ ਉਹਦੀ ਆਪਾਂ ਕਰਾ ਰਹੇ ਹਾਂ। ਥੋੜ੍ਹੀ ਜਿਹੀ ਕਲਰ ਪ੍ਰਿੰਟਿੰਗ 'ਚ ਪ੍ਰੋਬਲਮ ਸੀਗੀ ਅਤੇ ਉਹ ਜਿਹੜਾ ਪਿਆ ਬਾਹਰ ਆਪਣਾ ਕੈਨਨ ਦਾ ਹੈ ਉਹ 'ਚ ਕਲਰ ਬਲੈਕ ਦੋਨਾਂ 'ਚ ਥੋੜ੍ਹੀ ਪ੍ਰੋਬਲਮ ਹੈ ਤਾਂ ਕਰਕੇ ਇਸ ਨਾਲ ਮੈਨੂੰ ਮਤਲਬ 6 ਸਾਢੇ 6 ਸਾਲ ਤੋਂ ਮੈਂ ਜੁੜਿਆ ਹੋਇਆ ਜਿਸ ਦੇ ਥਰੂ ਹੀ ਮੈਂ ਕੋਈ ਨਵਾਂ ਪ੍ਰਿੰਟਰ ਲੈਣਾ ਜਾਂ ਕੋਈ ਸੇਲ ਪਰਚੇਜ਼ ਹੈ ਰਿਪੇਅਰ ਵਗੈਰਾ ਸਾਰੀ ਇਸ ਤੋਂ ਹੀ ਕਰਵਾਉਂਦੇ ਹਾਂ ਆਪਾਂ ਸਾਰੇ। ਅੱਗੇ ਭਾਅ ਜੀ ਆਪਣੇ ਕੋਲ ਕੰਪਿਊਟਰ ਆਉਂਦੇ ਨੇ ਆਪਣੇ ਕੋਲ ਇਹ ਬ੍ਰਾਂਡਿੰਗ ਸਾਰੇ। ਹਾਂਜੀ ਵਿਦ ਗਰੰਟੀ ਹੈ ਜੀ 1 ਈਅਰ ਵਾਰੰਟੀ ਨਾਲ ਮਿਲਦੀ ਹੈ ਜੀ। ਠੀਕ ਹੈ ਜੀ ਬਾਈ ਉਹਨਾਂ ਨੇ ਇੱਥੇ ਬੂਥ ਲਿਆ ਹੋਇਆ 40 ਦੇ ਵਿੱਚ ਅਤੇ ਛੋਟੇ ਜਿਹੇ ਬੂਥ ਦੇ ਵਿੱਚ ਬਹੁਤ ਸੋਹਣਾ ਸਮਾਨ ਤਰੀਕੇ ਨਾਲ ਸੈੱਟ ਕਰਕੇ ਰੱਖਿਆ ਹੋਇਆ ਅਤੇ ਅਸੈਸਰੀ ਦੇ ਵਿੱਚ ਤੁਸੀਂ ਕਹਿ ਲਓ ਕਿ ਮਾਊਸ ਹੋ ਗਿਆ ਕੀਬੋਰਡ ਹੋ ਗਿਆ ਹੋਰ ਕੰਪਿਊਟਰ ਤੁਸੀਂ ਜਿਹੜਾ ਵੀ A to Z ਸਮਾਨ ਹੈ ਲੈਪਟੋਪ ਦਾ ਉਹ ਸਾਰਾ ਬਾਈ ਉਹਨਾਂ ਕੋਲੋਂ ਤੁਸੀਂ ਲੈ ਸਕਦੇ ਹੋ। ਕੋਈ ਇੰਕ ਵਗੈਰਾ ਹੈ ਤਾਂ ਉਹ ਵੀ ਲੈ ਸਕਦੇ ਹੋ ਅਤੇ ਸਾਰੇ ਬਹੁਤ ਅੱਛੀ ਕੰਡੀਸ਼ਨ 'ਚ ਬਾਈ ਉਹਨਾਂ ਕੋਲੋਂ ਲੈਪਟੋਪ ਪਏ ਹੈ ਇੱਥੇ ਅਤੇ ਇਹ ਤੁਸੀਂ ਲੈ ਸਕਦੇ ਹੋ। ਗਰੰਟੀ ਵਗੈਰਾ ਵੀ ਤੁਹਾਨੂੰ ਮਿਲੂਗੀ ਬਾਈ। ਬਾਕੀ ਜੇ ਤੁਸੀਂ ਆਪਣਾ PC ਜਾਂ ਕੰਪਿਊਟਰ ਤਿਆਰ ਕਰਾਉਣਾ ਹੈ ਤਾਂ ਉਹ ਵੀ ਇੱਥੇ ਪਏ ਹੈ ਗਰੰਟੀ ਵਿੱਚ ਪਏ ਸਾਰਾ। ਯਾਨੀ ਇਹਨਾਂ ਦਾ ਜੈਨੂਅਲ ਕੰਮ ਹੈ ਵਧੀਆ ਕੰਮ ਹੈ। ਆਪਾਂ 4-5 ਸਾਲ ਪਹਿਲਾਂ ਬਾਈ ਨੂੰ ਤੋਂ ਆਪਣਾ ਲਿਆ ਸੀਗਾ ਲੈਪਟੋਪ ਅਤੇ ਉਹ ਵੀ ਆਪਾਂ ਹਾਲੇ ਵਧੀਆ ਯੂਜ਼ ਕਰ ਰਹੇ ਹਾਂ ਵਰਤ ਰਹੇ ਹਾਂ। ਬਾਕੀ ਹੁਣ ਆਪਣਾ ਇੱਕ ਪ੍ਰਿੰਟਰ ਦਾ ਰਿਪੇਅਰ ਹੋ ਗਿਆ ਉਸ ਤੋਂ ਬਾਅਦ ਦੂਸਰਾ ਸ਼ੁਰੂ ਕਰਦੇ ਹਾਂ ਉਹ 'ਚ ਕੀ ਖਰਾਬੀ ਹੈ ਆਪਾਂ ਉਹ ਵੀ ਚੈੱਕ ਕਰਦੇ ਹਾਂ। ਲਓ ਜੀ ਦੂਜੇ ਪ੍ਰਿੰਟਰ ਨੂੰ ਆਪਣੇ ਲੱਗੇ ਹੋਏ ਉਹਦਾ ਹੈੱਡ ਖਰਾਬ ਹੈ ਅਤੇ ਉਹ ਸੈਟਿੰਗ ਵਗੈਰਾ ਲੱਗੇ ਹੋਏ ਕਾਰਨ ਅਤੇ ਬਾਈ ਨੇ ਦੱਸਦੇ ਹਾਂ ਕਿ ਅੱਜ ਦੁਪਹਿਰੇ 1:15 ਵਜੇ ਇੱਥੇ ਬਾਰਿਸ਼ ਹੋਈ ਹੈ ਅਤੇ ਚੰਗਾ ਮੀਂਹ ਪਿਆ ਨਾਲ ਔਲੇ ਪਏ ਆ ਤਾਂ ਕਰਕੇ ਮੌਸਮ ਪੂਰਾ ਇੱਥੇ ਠੰਡਾ ਹੋ ਗਿਆ ਅਤੇ ਠੰਡੀ ਹਵਾ ਚੱਲ ਰਹੀ ਹੈ ਅਤੇ ਇਹ ਕੁਛ ਨਜ਼ਾਰਾ ਹੈਗਾ ਸੈਕਟਰ 40D ਦੀ ਜਿਹੜੀ ਮਾਰਕੀਟ ਦੇ ਬਾਹਰ ਦਾ। ਸਾਰੀ ਘਬਰੀ ਹੋਈ ਹੈ ਨਾ ਕਰੂ ਸਾਫ ਨੂੰ ਕਿਸ ਤਰੀਕੇ ਨਾਲ ਦਰ ਗੇੜਾ ਹੋਗਾ ਮੈਨੂੰ ਦੱਸ ਦਿਓ ਚਾੜ ਮਗਾ ਦੂੰਗਾ ਤੁਹਾਨੂੰ ਚੇਂਜ ਹੀ ਕਰਨਾ ਵਾ ਉੱਥੇ ਜਾ ਕੇ ਅਤੇ ਇਹ ਬਾਈ ਜਿਹੜੀ ਪ੍ਰਿੰਟਰ ਦੀ ਵੇਸਟ ਇੰਕ ਹੁੰਦੀ ਹੈ ਬਾਅਦ 'ਚ ਸਾਰੀ ਇੱਥੇ ਪਿੱਛੇ ਇਕੱਠੀ ਹੋ ਜਾਂਦੀ ਹੈ ਅਤੇ ਉਹ ਸਾਰੀ ਕਿਸ ਇੱਕ ਟਾਈਮ 'ਚ ਆ ਕੇ ਮਤਲਬ ਸਾਰਾ ਇਹ ਭਰ ਜਾਂਦਾ ਹੈ ਤਾਂ ਹੁਣ ਉਹੀ ਕੰਡੀਸ਼ਨ ਹੋ ਗਈ ਕਈ ਸਾਲ ਹੋ ਗਏ ਨੇ ਪ੍ਰਿੰਟਰ ਨੂੰ ਸਾਰੀ ਵੇਸਟ ਇੰਕ ਹੈ ਜਿਹੜੀ ਪਿੱਛੇ ਇਕੱਠੀ ਹੋ ਗਈ ਤਾਂ ਕਰਕੇ ਸਾਰਾ ਇਹ ਸਾਫ਼ ਕਰਨਾ ਪੈਂਦਾ। ਹਾਂਜੀ ਲਓ ਜੀ 40 ਸੈਕਟਰ 'ਚ ਆਪਣਾ ਜਿਹੜਾ ਰਿਪੇਅਰ ਵਾਲਾ ਕੰਮ ਹੈ ਪ੍ਰਿੰਟਰ ਦਾ ਉਹ ਤਾਂ ਕੰਪਲੀਟ ਹੋ ਗਿਆ ਅਤੇ ਹੁਣ ਇੱਥੇ ਹੀ ਆਪਾਂ ਦੇਖ ਰਹੇ ਹਾਂ ਕਿ 42 ਵਾਲੀ ਜਿਹੜੀ ਲੇਕ ਹੈ ਉਹ ਨੇੜੇ ਹੈ। ਹੁਣ ਆਪਾਂ ਜਾਂਦੇ ਹੋਏ 42 ਲੇਕ ਨੂੰ ਘੁੰਮ ਕੇ ਜਾ ਰਹੇ ਹਾਂ। ਸ਼ਾਮ ਦੇ 5:15 ਹੋ ਗਏ ਅਤੇ ਬਾਈ ਆਪਾਂ 42 ਸੈਕਟਰ ਦੀ ਜਿਹੜੀ ਨਵੀਂ ਲੇਕ ਬਣੀ ਹੋਈ ਹੈ ਉੱਥੇ ਪਹੁੰਚ ਗਏ। ਗੱਡੀ ਲਾ ਦੀ ਆਪਾਂ ਨੇ ਪਾਰਕ 'ਚ ਅਤੇ ਇਸ ਸਾਹਮਣੇ ਹੈ ਨਜ਼ਾਰਾ ਸੈਕਟਰ 42 ਦੀ ਲੇਕ ਦਾ। ਹੁਣ ਆਪਾਂ ਲੇਕ ਘੁੰਮਦੇ ਹਾਂ ਅਤੇ ਤੁਹਾਡੇ ਨਾਲ ਆਪਾਂ ਵਿਊ ਸ਼ੇਅਰ ਕਰਦੇ ਹਾਂ।
ਅਤੇ ਇਹ ਇੱਥੇ ਬਾਈ ਮਾੜੀ ਮੋਟੀ ਬਾਹਰ ਕੁਛ ਜਗ੍ਹਾ ਬਣੀ ਹੋਈ ਹੈ ਪਾਰਕਿੰਗ ਵਾਸਤੇ, ਇੱਥੇ ਸਕੂਟਰ ਮੋਟਰਸਾਈਕਲ ਗੱਡੀ ਉਹ ਪਾਰਕ ਕਰ ਸਕਦੇ ਹਾਂ। ਅਤੇ ਅੱਜ ਮੌਸਮ ਥੋੜ੍ਹਾ ਜਿਹਾ ਵਧੀਆ ਹੋ ਰੱਖਿਆ ਕਿਉਂਕਿ ਇੱਥੇ ਚੰਡੀਗੜ੍ਹ 'ਚ ਅੱਜ ਦੁਪਹਿਰੇ 2:15-2 ਵਜੇ ਬਾਰਿਸ਼ ਵੀ ਹੋਈ ਹੈ ਅਤੇ ਓਲੇ ਵੀ ਪਏ ਹੈ, ਤਾਂ ਕਰਕੇ ਧੁੱਪ ਵਗੈਰਾ ਗਾਇਬ ਹੋ ਗਈ ਹੈ ਅਤੇ ਗਰਮੀ ਤੋਂ ਵੀ ਥੋੜ੍ਹੀ ਜਿਹੀ ਰਾਹਤ ਹੈ ਅਤੇ ਮੌਸਮ ਬਿਲਕੁਲ ਠੰਡਾ ਹੋ ਰੱਖਿਆ ਹੈ। ਅਤੇ ਇਹ ਦੇਖੋ ਜੀ ਨਜ਼ਾਰਾ ਚੰਡੀਗੜ੍ਹ ਦੀ ਨਵੀਂ ਲੇਕ ਜਿਹੜੀ 42-42 'ਚ ਬਣੀ ਹੈ, ਇਸ ਨੂੰ ਬਣੀ ਨੂੰ ਵੀ ਕਈ ਸਾਲ ਹੋ ਗਏ ਅਤੇ ਇਹ ਨਵੀਂ ਇਸ ਕਰਕੇ ਕਹਿ ਦਿੰਦੇ ਕਿਉਂਕਿ ਜਿਹੜੀ ਸੁਖਨਾ ਲੇਕ ਹੈ ਚੰਡੀਗੜ੍ਹ ਬਿਲਕੁਲ ਕਰੋਸ ਕਰਕੇ ਇੱਕ ਸੈਕਟਰ 'ਚ ਪੈਂਦੀ ਹੈ, ਉਹ ਲੇਕ ਕਾਫੀ ਪੁਰਾਣੀ ਹੈ ਅਤੇ ਇਹ ਉਸ ਤੋਂ ਬਾਅਦ ਕੁਛ ਸਾਲ ਪਹਿਲਾਂ ਹੀ ਨਵੀਂ ਬਣੀ ਹੈ ਤਾਂ ਕਰਕੇ ਇਹਨੂੰ ਨਵੀਂ ਲੇਕ ਜਾਂ ਸੈਕਟਰ 42 ਵਾਲੀ ਲੇਕ ਕਹਿ ਦਿੰਦੇ ਹਾਂ। ਫਿਲਹਾਲ ਕੰਡੀਸ਼ਨ ਜਿਹੜੀ ਇਸ ਤਰ੍ਹਾਂ ਕਰਕੇ ਇਹਦੀ ਸੁੱਕੀ ਹੈ ਕਿਉਂਕਿ ਇੱਥੇ ਪਾਣੀ ਵਗੈਰਾ ਨਹੀਂ ਹੁੰਦਾ, ਤਾਂ ਕਰਕੇ ਜਿਹੜਾ ਇਹ ਏਰੀਆ ਹੈਗਾ ਸਾਰਾ ਇੱਥੇ ਪੌੜੀਆਂ ਲੱਗੀਆਂ ਹੋਈਆਂ, ਇੱਥੇ ਬੈਠ ਕੇ ਆਪਾਂ ਆਰਾਮ ਨਾਲ ਟਾਈਮ ਸਪੈਂਡ ਕਰ ਸਕਦੇ ਹਾਂ। ਬਾਕੀ ਜਿਹੜਾ ਵਿੱਚ ਵਾਲਾ ਏਰੀਆ ਤਕਰੀਬਨ ਆਪਾਂ ਜਦੋਂ ਵੀ ਦੇਖਦੇ ਹਾਂ ਤਾਂ ਇਹ ਤਕਰੀਬਨ ਸੁੱਕਾ ਹੁੰਦਾ ਹੈ। ਇੱਥੇ ਲੇਕ ਦੇ ਨਾਲ ਹੀ ਕੁਛ ਡਿਟੇਲ ਲਿਖੀ ਹੋਈ ਹੈ ਅਤੇ ਜਿਵੇਂ ਮੀਲ ਪੱਥਰ ਲਾਇਆ ਹੁੰਦਾ ਹੈ ਅਤੇ ਉਹ ਆਪਾਂ ਸਾਰਾ ਦੇਖਦੇ ਹਾਂ, ਪੜ੍ਹਦੇ ਹਾਂ ਕਦੋਂ ਇਹ ਲੇਕ ਬਣੀ ਹੈ, ਤਾਂ ਇਹਨੂੰ ਕਹਿ ਦਿੰਦੇ ਹਾਂ ਨਿਊ ਲੇਕ ਅਤੇ ਬਣੀ ਹੈ ਜੀ 29 ਅਕਤੂਬਰ 2008 ਨੂੰ ਬਣੀ ਹੈ ਅਤੇ ਇੱਥੇ ਸਾਰੀ ਡੇਟ ਲਿਖੀ ਹੋਈ ਮੈਨਸ਼ਨ ਕਰੀ ਹੋਈ ਹੈ ਅਤੇ ਬਾਕੀ ਸਾਰਾ ਇਹਦਾ ਜਿਹੜਾ ਵਿਊ ਹੈ ਉਹ ਆਪਾਂ ਸਾਰਾ ਚੁਫੇਰੇ ਦੇਖ ਸਕਦੇ ਹਾਂ, ਘੁੰਮ ਸਕਦੇ ਹਾਂ। ਅਤੇ ਲਓ ਜੀ ਲੇਕ ਦਾ ਇੱਕ ਸਾਈਡ ਕਿਨਾਰਾ ਹੈ ਜਿੱਥੇ ਬਿਲਕੁਲ ਛੋਟਾ ਸਾਈਜ਼ ਰਹਿ ਜਾਂਦਾ ਅਤੇ ਲੇਕ 'ਚ ਇੱਥੇ ਕਾਫੀ ਗੰਦਗੀ ਫੈਲਾਈ ਹੋਈ ਤੁਸੀਂ ਦੇਖ ਸਕਦੇ ਵੀਡੀਓ 'ਚ। ਬਾਕੀ ਅੱਗੇ ਜਾ ਕੇ ਸਾਰੀ ਇਹ ਲੇਕ ਹੈ ਜਿਹੜਾ ਏਰੀਆ ਥੋੜ੍ਹਾ ਜਿਹਾ ਚੌੜਾ ਹੋ ਜਾਂਦਾ ਹੈ ਅਤੇ ਇੱਥੇ ਹੀ ਸਾਈਡ ਥੋੜ੍ਹਾ ਜੰਗਲ ਏਰੀਆ ਹੈ, ਇੱਥੇ ਜਿਹੜੇ ਪੁਲ ਵਗੈਰਾ ਬਣੇ ਹੋਏ ਜਿੱਥੇ ਫੋਟੋ ਵਗੈਰਾ ਵੀਡੀਓ ਰੀਲ ਬਹੁਤ ਸੋਹਣੀ ਆਉਂਦੀ ਹੈ। ਅਤੇ ਨਿਊ ਲੇਕ ਦੇ ਵਿੱਚ ਕੁਛ ਇਸ ਤਰ੍ਹਾਂ ਕਰਕੇ ਜਿਗ ਜੈਗ ਜਾਂ ਘੁੰਮਣ ਘੇਰੀ ਵਾਲੇ ਟਰੈਕ ਬਣਾਏ ਹੋਏ ਆ, ਸੈਰ ਕਰਨ ਲਈ ਇਹ ਥੋੜ੍ਹਾ ਵਧੀਆ ਆਪਸ਼ਨ ਹੈ। ਅਤੇ ਉਹ ਜਿੱਥੇ ਕਾਰ ਪਾਰਕਿੰਗ ਬਣੀ ਹੋਈ, ਕਾਰ ਪਾਰਕਿੰਗ ਦੇ ਨਾਲ ਹੀ ਹੁਣ ਇੱਥੇ ਇੱਕ ਨਵਾਂ ਸ਼ੈੱਡ ਬਣ ਗਿਆ, ਸ਼ੈੱਡ ਦੇ ਨੀਚੇ ਜਿਹੜੇ ਹੈ ਜਿਵੇਂ ਗੱਡੀਆਂ ਇਲੈਕਟ੍ਰਿਕ ਗੱਡੀਆਂ ਆ ਰਹੀਆਂ ਉਹ ਸਾਰਾ ਚਾਰਜਿੰਗ ਪੁਆਇੰਟ ਹੈ, ਜਿਹੜੀ ਸਹੂਲਤ ਹੈ ਉਹਦੀ ਸੈਟਿੰਗ ਵਗੈਰਾ ਵੀ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਤੱਕ ਜਿਹੜੀ ਹੈ ਇੱਥੇ ਪੂਰਾ ਮਤਲਬ ਵਰਕਿੰਗ 'ਚ ਹੋ ਜਾਣਾ, ਜਿਹੜੀ ਗੱਡੀਆਂ ਇਲੈਕਟ੍ਰਿਕ ਹੈ ਉਹ ਇੱਥੇ ਆਪਾਂ ਚਾਰਜਿੰਗ ਵੀ ਇੱਥੇ ਕਰ ਸਕਦੇ ਹਾਂ। ਕਰਕੇ ਜਿਹੜਾ ਹੈ ਲੇਕ ਦੇ ਦੂਜੀ ਸਾਈਡ ਆਪਾਂ ਆ ਗਏ ਅਤੇ ਰਸਤੇ 'ਚ ਇਸ ਤਰ੍ਹਾਂ ਕਰਕੇ ਆਹ ਪੁਲ ਬਣਿਆ ਹੋਇਆ, ਬ੍ਰਿਜ ਬਣਿਆ ਹੋਇਆ ਅਤੇ ਆਹ ਇਹਨੂੰ ਡਿਵਾਈਡ ਕਰਦਾ ਦੋ ਭਾਗਾਂ 'ਚ, ਦੂਸਰੇ ਪਾਰਟ 'ਚ ਆਪਾਂ ਆ ਗਏ, ਇਹ ਲੇਕ ਦਾ ਦੂਸਰਾ ਪਾਰਟ ਹੈ ਅਤੇ ਉਹ ਸਾਹਮਣੇ ਜਿਹੜੀ ਮੇਨ ਰੋਡ ਹੈ ਬੱਸ ਸਟੈਂਡ ਹੈਗਾ ਸੈਕਟਰ 43 ਵਾਲਾ 43 ਵਾਲੇ ਬੱਸ ਸਟੈਂਡ ਤੋਂ ਜੇ ਤੁਸੀਂ ਆਉਣਾ ਹੋਵੇ ਤਾਂ ਉਸ ਸਾਈਡ ਤੋਂ ਐਂਟਰੀ ਹੋ ਜਾਂਦੀ ਹੈ ਅਤੇ ਮਤਲਬ ਆਪਾਂ ਬੈਕ ਸਾਈਡ ਤੋਂ ਦੂਜੀ ਸਾਈਡ ਤੋਂ ਐਂਟਰੀ ਕਰੀਏ ਤਾਂ ਇਹਦੀਆਂ ਲੇਕ ਦੀਆਂ ਤਕਰੀਬਨ 2 ਐਂਟਰੀਜ਼ ਹੈਗੀਆਂ ਅਤੇ 2 ਪਾਰਟਸ ਵਿੱਚ ਡਿਵਾਈਡ ਕਰੀ ਹੋਈ ਹੈ ਅਤੇ ਆ ਵਿੱਚ ਇੱਥੇ ਇੱਕ ਮਤਲਬ ਚੋਆ ਜਾਂ ਖਾਈ ਤੁਸੀਂ ਕਹਿ ਸਕਦੇ ਹੋ, ਇਸ 'ਤੇ 2 ਜਾਂ 3 ਲਗਭਗ ਜਿਹੜੇ ਪੁਲ ਬਣੇ ਹੋਏ ਆ ਲੋਹੇ ਦੇ ਅਤੇ ਉੱਥੇ ਫੋਟੋ ਵੀਡੀਓ ਵਗੈਰਾ ਵਧੀਆ ਆਉਂਦੀ ਹੈ ਅਤੇ ਇਹਨੂੰ 2 ਪਾਰਟਸ ਵਿੱਚ ਇਹ ਜਿਹੜਾ ਡਿਵਾਈਡ ਕਰਦੀ ਹੈ। ਅਤੇ ਲੋਕਲ ਲੋਕਾਂ ਵਾਸਤੇ ਵਧੀਆ ਆਪਸ਼ਨ ਹੈ, ਜਿਹੜੇ ਲੋਕ 41, 42 ਜਾਂ 40 ਸੈਕਟਰ 'ਚ ਰਹਿੰਦੇ ਆ ਉਹਨਾਂ ਵਾਸਤੇ ਬਹੁਤ ਸਹੀ ਜਗ੍ਹਾ ਹੈਗੀ ਹੈ ਸਵੇਰ ਦੀ ਸੈਰ ਕਰਨ ਵਾਸਤੇ ਜਾਂ ਸ਼ਾਮ ਨੂੰ ਆਪਣਾ ਟਾਈਮ ਸਪੈਂਡ ਕਰਨ ਵਾਸਤੇ। ਅਤੇ ਕੁਛ ਇਸ ਤਰ੍ਹਾਂ ਕਰਕੇ ਪੱਕੇ ਟਰੈਕ ਬਣੇ ਹੋਏ ਹੈ ਅਤੇ ਇਹਨਾਂ 'ਚ ਰਨਿੰਗ ਵਗੈਰਾ ਵੀ ਕਰ ਸਕਦੇ ਹਾਂ ਅਤੇ ਬਾਕੀ ਆਲੇ ਦੁਆਲੇ ਪਾਰਕਾਂ ਬਣੀਆਂ ਹੋਈਆਂ ਜਿੱਥੇ ਬੈਠ ਕੇ ਆਰਾਮ ਨਾਲ ਆਪਣਾ ਟਾਈਮ ਸਪੈਂਡ ਕਰ ਸਕਦੇ ਹਾਂ। ਅਤੇ ਹੁਣ ਆਪਾਂ ਆ ਗਏ ਜੀ ਇੱਥੇ ਜਿਹੜਾ ਹੈਗਾ ਲੇਕ ਦਾ ਦੂਜਾ ਪੁਲ ਬਣਿਆ ਹੋਇਆ ਇੱਥੇ
ਦੂਸਰੇ ਪਾਸੇ ਜਾਣ ਵਾਸਤੇ, ਅਤੇ ਉਹ ਸਾਹਮਣੇ ਹੈਗਾ ਇੱਥੇ ਇੱਕ ਕੰਟੀਨ ਵੀ ਬਣੀ ਹੋਈ ਹੈ। ਜਦੋਂ ਆਪਾਂ 43 ਵਾਲੇ ਬੱਸ ਸਟੈਂਡ ਤੋਂ ਆਉਂਦੇ ਤਾਂ ਇਸ ਸਾਈਡ ਨੂੰ ਐਂਟਰੀ ਹੁੰਦੀ ਹੈ, ਤਾਂ ਇੱਥੇ ਕੰਟੀਨ ਬਣੀ ਹੋਈ ਹੈ, ਅਤੇ ਇੱਥੇ ਆਲੇ ਦੁਆਲੇ ਬੈਠਣ ਨੂੰ ਵੀ ਕਾਫੀ ਜਗ੍ਹਾ ਬਣੀ ਹੋਈ ਹੈ, ਅਤੇ ਦੂਜੇ ਪਾਸੇ ਜਾਣ ਲਈ ਆਪਣਾ ਇੱਥੇ ਇੱਕ ਬ੍ਰਿਜ ਬਣਿਆ ਹੋਇਆ ਹੈ। ਤਾਂ ਯਾਨੀ ਕਿ ਲਗਭਗ 2 ਬ੍ਰਿਜ ਹੈ, ਇੱਕ ਪਿਛਲਾ ਬ੍ਰਿਜ ਹੈ ਜਿੱਥੇ ਆਪਾਂ ਐਂਟਰੀ ਕਰੀ ਹੈ ਉਸ ਸਾਈਡ ਤੋਂ ਆ ਕੇ, ਅਤੇ ਇਸ ਸਾਈਡ ਤੋਂ ਵੀ ਆਪਾਂ ਦੂਜੇ ਪਾਸੇ ਜਾ ਸਕਦੇ ਹਾਂ। ਲਓ ਜੀ, ਦੂਜੇ ਬ੍ਰਿਜ 'ਤੇ ਆਪਾਂ ਆ ਗਏ ਹਾਂ, ਅਤੇ ਜਿਹੜੀ ਸਾਈਡ ਆਪਾਂ ਜਿਸ ਪਾਸੇ ਤੋਂ ਆਏ ਸੀਗੇ ਉਸੇ ਪਾਸੇ ਜਾਣ ਲਈ ਇੱਥੇ ਦੂਸਰਾ ਬ੍ਰਿਜ ਹੈ ਜਿਹੜਾ, ਉਸ ਰਾਹੀਂ ਆਪਾਂ ਦੂਜੇ ਪਾਸੇ ਜਾ ਰਹੇ ਹਾਂ, ਅਤੇ ਨੀਚੇ ਜਿਹੜੀ ਖਾਈ ਉਹ 'ਚ ਪਾਣੀ ਵਗੈਰਾ ਵੀ ਖੜਿਆ ਹੈ। ਯਾਨੀ ਇਸ ਤਰ੍ਹਾਂ ਦੇ 2 ਬ੍ਰਿਜ ਬਣੇ ਹੋਏ ਆ ਇੱਥੇ, ਉਸ ਸਾਈਡ ਇੱਕ ਦੂਜਾ ਬ੍ਰਿਜ ਅਤੇ ਇੱਕ ਇਹ ਬਣਿਆ ਹੋਇਆ ਹੈ। ਲਓ ਵੀ ਉਹ ਬ੍ਰਿਜ ਆਪਾਂ ਪਾਰ ਕਰਿਆ ਹੈ, ਸੈਕਿੰਡ ਬ੍ਰਿਜ ਹੈ, ਅਤੇ ਅੱਗੇ ਆ ਗਿਆ ਇੱਥੇ ਇੱਕ ਤੀਸਰਾ ਬ੍ਰਿਜ, ਯਾਨੀ ਥਰਡ ਬ੍ਰਿਜ। ਲਗਭਗ 3 ਬ੍ਰਿਜ ਬਣੇ ਹੋਏ ਆ, ਅਤੇ ਬਸ ਅੱਗੇ ਸਾਰੀ ਉਹ ਕਾਰ ਪਾਰਕਿੰਗ ਬਣੀ ਹੋਈ ਹੈ। ਨਹੀਂ ਜੀ ਨਹੀਂ, ਥੈਂਕ ਯੂ। ਜਿਹੜਾ ਇਹ ਬ੍ਰਿਜ ਹੈ ਤਕਰੀਬਨ ਇਹ ਛੋਟਾ ਹੈ, ਜਿਹੜੇ ਇਸ ਦੇ ਮੁਕਾਬਲੇ 2 ਬ੍ਰਿਜ ਆਪਾਂ ਕ੍ਰੋਸ ਕਰਕੇ ਆਏ ਹਾਂ ਉਹ ਇਸ ਨਾਲੋਂ ਵੱਡੇ ਸਾਈਜ਼ ਦੇ ਹੈ, ਅਤੇ ਇਸਾਂ ਕਰਕੇ ਛੋਟੀ ਜਿਹੀ ਖਾਈ ਆ, ਇੱਕ ਚੋਈ ਜਿਹੀ ਬਣੀ ਹੋਈ ਹੈ, ਅਤੇ ਉਹ ਸਾਹਮਣੇ ਜਾ ਕੇ ਇਹੀ ਲੇਕ ਹੈ। ਯਾਨੀ ਆਪਾਂ ਹਮੇਸ਼ਾ ਜਦ ਵੀ ਤੁਸੀਂ ਆਓ ਤਾਂ ਇਹ ਤਕਰੀਬਨ ਆਪਾਂ ਨੂੰ ਖਾਲੀ ਹੋਈ ਮਿਲਦੀ, ਕਦੇ ਆਪਾਂ ਅੱਜ ਤੱਕ ਇਹਦੇ 'ਚ ਪਾਣੀ ਵਗੈਰਾ ਤਾਂ ਦੇਖਿਆ ਨਹੀਂ, ਅਤੇ ਕੁਛ ਇਸ ਤਰ੍ਹਾਂ ਕਰਕੇ ਦੂਜਾ ਪਾਸਾ ਹੈ, ਅਤੇ ਇਸ ਪਾਸੇ ਸਾਰਾ ਜੰਗਲ ਏਰੀਆ, ਦਰਖਤ ਵਗੈਰਾ ਲੱਗੇ ਹੋਏ ਹੈ। ਅਤੇ ਇਹਦੀ ਐਂਟਰੀ ਹੈ ਜਿਹੜੀ ਉਹ ਵੀ ਫਰੀ ਹੈ, ਕੋਈ ਇੱਥੇ ਕੋਈ ਐਂਟਰੀ ਫੀਸ ਨਹੀਂ ਲੱਗਦੀ, ਨਾ ਕੋਈ ਟਾਈਮਿੰਗ ਲਿਖੀ ਹੋਈ ਹੈ। ਕਿਸੇ ਵੀ ਸਮੇਂ ਤੁਸੀਂ ਕਿਸੇ ਵੀ ਦਿਨ ਇੱਥੇ ਆ ਸਕਦੇ ਹੋ, ਅਤੇ ਆਪਣਾ ਜਿਹੜਾ ਫਰੀ ਟਾਈਮ ਹੈ ਉਹ ਸਪੈਂਡ ਕਰ ਸਕਦੇ ਹੋ। ਲਓ ਜੀ, ਆਪਾਂ ਲੇਕ ਵੀ ਘੁੰਮ ਲਈ, ਅਤੇ ਪ੍ਰਿੰਟਰ ਵਗੈਰਾ ਵੀ ਆਪਣੇ ਦੋਨੋਂ ਠੀਕ ਹੋ ਗਏ, ਅਤੇ ਵਾਪਸ ਹੁਣ ਆਪਾਂ ਆ ਗਏ ਪਾਰਕਿੰਗ 'ਚ, ਅਤੇ ਆਪਾਂ ਗੱਡੀ ਸਟਾਰਟ ਕਰਨ ਲੱਗੇ ਹਾਂ ਹੁਣ। ਅਤੇ ਹੁਣ ਬਾਈ 5:40 ਹੋ ਗਏ ਸ਼ਾਮ ਦੇ, ਅਤੇ ਆਪਾਂ ਲੇਕ ਵਗੈਰਾ ਦੇਖ ਕੇ ਹੁਣ ਆਪਾਂ ਵਾਪਸ ਘਰ ਨੂੰ ਜਾਣ ਲੱਗੇ ਹਾਂ। ਅਤੇ ਅੱਜ ਦੀ ਇਸ ਵਲੋਗ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ। ਵੀਡੀਓ ਨੂੰ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਗਲੀ ਕਿਸੇ ਹੋਰ ਵੀਡੀਓ 'ਚ ਮਿਲਦੇ ਹਾਂ ਜੀ। ਧੰਨਵਾਦ।